ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਰਬਜੋਤ, ਸਵਾਗਤ ਆ ਫਿਰ ਤੋਂ ਇੱਕ ਵਾਰ ਤੁਹਾਡਾ ਇਸ ਵੀਡੀਓ ਦੇ ਵਿੱਚ। ਅੱਜ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਦੇ ਕਾਲਜਸ ਬਾਰੇ, ਜਿਹੜੇ ਕਿ ਰੀਸੈਂਟ ਰੂਲ ਚੇਂਜ ਹੋਏ ਸੀਗੇ। ਸਭ ਤੋਂ ਵੱਡਾ ਮੁੱਖ ਕਾਰਨ ਉਹਦੇ ਵਿੱਚ ਹਾਊਸਿੰਗ ਕ੍ਰਾਈਸਿਸ ਨੂੰ ਦੱਸਿਆ ਗਿਆ। ਕੈਨੇਡਾ ਦੇ ਵਿੱਚ ਦੋ ਤਰ੍ਹਾਂ ਦੇ ਕਾਲਜ ਹੁੰਦੇ ਆ, ਪਬਲਿਕ ਐਂਡ ਪ੍ਰਾਈਵੇਟ। ਸੋ ਪ੍ਰਾਈਵੇਟ ਕਾਲਜ ਜ਼ਿਆਦਾਤਰ ਸਟੂਡੈਂਟਸ ਨੂੰ ਐਡਮਿਸ਼ਨ ਦਿੰਦੇ ਆ, ਇਸ ਕਰਕੇ ਮਾਰਕ ਮਿਲਰ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਸੀ ਕਿ ਹਾਊਸਿੰਗ ਕ੍ਰਾਈਸਿਸ ਆ ਜਿਹੜਾ, ਪ੍ਰਾਈਵੇਟ ਕਾਲਜਿਸ ਜਾਂ ਫਿਰ ਜਿਹੜੇ ਸ਼ੈਡੀ ਕਾਲਜਿਸ ਨੇ, ਘੱਟ ਟਾਈਮ ਉੱਥੇ ਪੜ੍ਹਾਇਆ ਜਾਂਦਾ ਵਾ, ਬਟ ਉਹਨਾਂ ਨੂੰ ਸਟੱਡੀ ਪਰਮਿਟ ਮਿਲਦਾ ਵਾ, ਇਸ ਕਰਕੇ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟ ਦੇ ਰੂਲਸ ਨੂੰ ਚੇਂਜ ਕੀਤਾ ਸੀਗਾ। ਪਰ CBC ਦੀ ਰੀਸੈਂਟ ਜਿਹੜੀ ਨਿਊਜ਼ ਰਿਪੋਰਟ ਉਹਨਾਂ ਨੇ ਇੱਕ ਆਪਣੀ ਅਨਾਊਂਸ ਕੀਤੀ ਆ, ਉਹਦੇ ਵਿੱਚ ਉਹਨਾਂ ਨੇ 10 ਕਾਲਜ ਇੱਦਾਂ ਦੇ ਦੱਸੇ ਆ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਨੇ ਐਡਮਿਸ਼ਨ ਲਈਆਂ ਪਿਛਲੇ ਸਾਲ ਦੇ ਵਿੱਚ। ਉਹਨਾਂ ਨੇ ਦੱਸਿਆ ਕਿ ਕਾਲਜ ਜੋ ਕੈਨੇਡਾ ਦੇ ਜ਼ਿਆਦਾਤਰ ਕਾਲਜ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਸਟੂਡੈਂਟ ਨਹੀਂ ਆਉਂਦੇ, ਸਿਰਫ 30 ਕਾਲਜ ਇੱਦਾਂ ਦੇ ਨੇ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਸਟੂਡੈਂਟਸ ਆਉਣਾ ਚਾਹੁੰਦੇ ਆ ਜਾਂ ਫਿਰ ਆਉਂਦੇ ਆ। ਸੋ 2023 ਦੇ ਆਪਾਂ ਜੇ ਗੱਲ ਕਰ ਲੈਂਦੇ ਹਾਂ, CBC ਦੀ ਰਿਪੋਰਟ ਦੇ ਅਨੁਸਾਰ 10 ਉਹਨਾਂ ਨੇ ਇੱਦਾਂ ਦੇ ਕਾਲਜ ਦੱਸੇ ਆ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਸਟੂਡੈਂਟ ਆਏ ਨੇ। ਪਰ ਇਹ 10 ਕਾਲਜ ਨੇ ਜਿਹੜੇ ਸਾਰੇ, ਇਹਦੇ ਵਿੱਚ 10 ਦੇ ਵਿੱਚੋਂ 9 ਕਾਲਜ ਪਬਲਿਕ ਕਾਲਜ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਸਟੂਡੈਂਟਸ ਆਏ ਨੇ, ਅਤੇ ਸਿਰਫ ਇੱਕ ਪ੍ਰਾਈਵੇਟ ਯੂਨੀਵਰਸਿਟੀ ਆ। ਸੋ ਆਪਾਂ ਕਾਲਜਿਸ ਵਾਈਜ਼ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲੇ ਨੰਬਰ 'ਤੇ ਆ ਕੋਨਸਟੋਗਾ ਕਾਲਜ, 2023 ਦੇ ਵਿੱਚ ਇਹਦੇ ਵਿੱਚ 30,000 ਬੱਚੇ ਨੇ ਐਡਮਿਸ਼ਨ ਲਿਆ ਵਾ। ਇਸ ਤੋਂ ਬਾਅਦ ਬਾਕੀ ਜਿਹੜੇ ਕਾਲਜ ਨੇ, ਫੋਰ ਐਗਜ਼ਾਮਪਲ ਸੈਂਟੇਨੀਅਲ ਕਾਲਜ, ਸੈਨਿਕਾ ਕਾਲਜ, ਅਲਗੋਮਾ ਯੂਨੀਵਰਸਿਟੀ, ਸ਼ੈਡਨ ਕਾਲਜ, ਨਾਇਗਰਾ ਕਾਲਜ ਅਤੇ ਹੋਰ ਵੀ ਬਹੁਤ ਸਾਰੇ ਕਾਲਜਿਸ ਨੇ, ਅਤੇ 10 ਦੇ ਵਿੱਚੋਂ 9 ਜਿਹੜੇ ਕਾਲਜ ਨੇ ਉਹ ਪਬਲਿਕ ਕਾਲਜ ਨੇ। ਸੋ ਪ੍ਰਾਈਵੇਟ ਕਾਲਜ ਦੀ ਗੱਲ ਇੱਥੇ ਨਹੀਂ ਹੋ ਰਹੀ, ਸਿਰਫ ਇੱਕ ਪ੍ਰਾਈਵੇਟ ਯੂਨੀਵਰਸਿਟੀ ਆ ਜਿਹਦੇ ਵਿੱਚ ਵੀ ਵਰਕ ਪਰਮਿਟ ਮਿਲਦਾ, ਇਸ ਕਰਕੇ ਬੱਚੇ ਉਹਦੇ 'ਚ ਜਾਣਾ ਜ਼ਿਆਦਾ ਪਸੰਦ ਕਰਦੇ ਨੇ। ਇਹ ਹੈਗੀ ਆ ਕੈਨੇਡਾ ਵੈਸਟ ਯੂਨੀਵਰਸਿਟੀ। ਸੋ ਆਪਾਂ ਜੇ ਇਹਨਾਂ 9 ਕਾਲਜਾਂ ਨੂੰ ਜੋੜ ਲੈਂਦੇ ਹਾਂ ਤਾਂ 9 ਕਾਲਜਾਂ ਵਿੱਚ ਲਗਭਗ 2023 ਦੇ ਵਿੱਚ 1,10,000 ਬੱਚੇ ਨੇ ਐਡਮਿਸ਼ਨ ਲਿਆ ਵਾ ਅਤੇ ਜਿਨ੍ਹਾਂ ਨੂੰ ਵੀਜ਼ਾ ਗ੍ਰਾਂਟ ਹੋਇਆ ਵਾ, ਅਤੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਆ। ਸੋ ਅਤੇ ਦੂਜੀ ਵੱਡੀ ਗੱਲ ਜੋ ਇਸ ਰਿਪੋਰਟ ਦੇ ਅਨੁਸਾਰ ਸਾਹਮਣੇ ਆਈ ਆ, ਇਹ 9 ਕਾਲਜ ਸਿਰਫ ਓਨਟੈਰੀਓ ਦੇ ਨੇ ਜੋ ਇਸ ਰਿਪੋਰਟ ਦੇ ਵਿੱਚ ਦੱਸੇ ਗਏ ਨੇ। ਕੈਨੇਡਾ ਵੈਸਟ ਯੂਨੀਵਰਸਿਟੀ ਆ ਜੋ ਬ੍ਰਿਟਿਸ਼ ਕੋਲੰਬੀਆ ਦੀ ਆ, ਅਤੇ 9 ਕਾਲਜ ਜੋ ਦੱਸੇ ਗਏ ਨੇ ਇਸ ਰਿਪੋਰਟ ਦੇ ਵਿੱਚ ਸਿਰਫ ਅਤੇ ਸਿਰਫ ਓਨਟੈਰੀਓ ਦੇ ਦੱਸੇ ਗਏ ਨੇ ਜਿਹਦੇ 'ਚ ਸਭ ਤੋਂ ਜ਼ਿਆਦਾ ਬੱਚੇ ਜਾਣਾ ਪਸੰਦ ਕਰਦੇ ਆ। ਇੱਕ ਫੈਕਟ ਦੇ ਤੌਰ 'ਤੇ ਗੱਲ ਦੱਸ ਦਿੰਦੇ ਹਾਂ, ਕੈਨੇਡਾ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਜਾਂਦੇ ਆ, 51% ਸਟੂਡੈਂਟ ਆ ਜਿਹੜੇ ਉਹ ਓਨਟੈਰੀਓ ਦੇ ਵਿੱਚ ਪੜ੍ਹਨਾ ਚਾਹੁੰਦੇ ਆ, ਅਤੇ ਬਾਕੀ ਪੂਰੇ ਕੈਨੇਡਾ ਨੂੰ 49% ਦੀ ਰੇਸ਼ੋ ਆਉਂਦੀ। ਸੋ ਦੋਸਤੋ, ਆਪਾਂ ਗੱਲਬਾਤ ਜੇ ਕਰਦੇ ਹਾਂ ਪਬਲਿਕ ਐਂਡ ਪ੍ਰਾਈਵੇਟ ਦੇ ਡਿਫਰੈਂਸਿਸ ਦੀ, ਪਬਲਿਕ ਕਾਲਜ ਦੇ ਵਿੱਚ ਵਰਕ ਪਰਮਿਟ ਮਿਲਦਾ ਉੱਥੇ ਪ੍ਰਾਈਵੇਟ ਦੇ ਵਿੱਚ ਨਹੀਂ ਮਿਲਦਾ ਸੀਗਾ, ਹੁਣ ਆਉਣ ਵਾਲੇ ਟਾਈਮ ਦੇ ਵਿੱਚ PPP ਪਬਲਿਕ ਪ੍ਰਾਈਵੇਟ ਫੰਡਡ ਜਿਹੜੇ ਕਾਲਜਿਸ ਨੇ ਉਹਨਾਂ ਵਿੱਚ ਵੀ ਬੰਦ ਕੀਤਾ ਗਿਆ। 1 ਸਪਟੰਬਰ ਤੋਂ ਬਾਅਦ ਜਿਹੜਾ ਵੀ ਪਬਲਿਕ ਪ੍ਰਾਈਵੇਟ ਫੰਡਡ ਕਾਲਜ ਜੋ ਕਿ ਉਹਨਾਂ ਦੇ ਕੈਂਪਸ ਹੋਊਗਾ ਉਹਦੇ 'ਚ ਸਟੂਡੈਂਟ ਸਟੱਡੀ ਕਰੂਗਾ, ਉਹਨੂੰ ਵਰਕ ਪਰਮਿਟ ਨਹੀਂ ਦਿੱਤਾ ਜਾਊਗਾ। ਸੋ ਓਨਟੈਰੀਓ ਦੀ ਜੇ ਆਪਾਂ ਖਾਸ ਤੌਰ ਦੇ ਉੱਪਰ ਇੱਥੇ ਗੱਲ ਕਰੀਏ ਤਾਂ ਸਿਰਫ ਕੁਆਲਿਟੀ ਸਟੂਡੈਂਟਸ ਨੂੰ ਹੀ ਐਡਮਿਸ਼ਨ ਦੇਣਗੇ, ਅਤੇ ਆਉਣ ਵਾਲੇ ਜੋ ਸਮੇਂ ਦੇ ਵਿੱਚ ਐਡਮਿਸ਼ਨਸ ਹੋਣਗੀਆਂ 2024 ਸਪਟੰਬਰ ਅਤੇ ਜਨਵਰੀ 2025 ਦੇ ਇਨਟੇਕਸ ਨੇ ਜੋ ਅਵੇਲੇਬਲ ਨੇ, ਅਤੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਆ ਜੋ ਬਹੁਤ ਜਲਦੀ ਲਾਗੂ ਕਰ ਰਹੇ ਨੇ, ਅਲੱਗ ਅਲੱਗ ਪ੍ਰੋਵਿੰਸਿਸ ਦੇ ਅਲੱਗ ਅਲੱਗ ਟਾਈਮਲਾਈਨਸ ਦਿੱਤੀਆਂ ਗਈਆਂ ਨੇ। ਸਭ ਤੋਂ ਪਹਿਲੀ ਜੋ PAL ਇਸ਼ੂ ਕਰਨ ਦੀ ਡੇਟ ਦਿੱਤੀ ਗਈ 4 ਮਾਰਚ ਅਲਬਰਟਾ ਦੇ ਵੱਲੋਂ, ਅਤੇ ਇਸ ਤੋਂ ਬਾਅਦ ਅੱਗੇ ਪ੍ਰੋਸੈਸ ਸ਼ੁਰੂ ਹੋਊਗਾ। ਸੋ ਦੋਸਤੋ, ਜੇਕਰ ਤੁਹਾਨੂੰ ਸਾਡੀ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਕਮੈਂਟਸ ਦੇ ਜ਼ਰੀਏ ਸਾਨੂੰ ਆਪਣੇ ਸੁਝਾਅ ਜ਼ਰੂਰ ਦਿਓ।